ਲੱਗਦੀ ਲਾਹੌਰ ਦੀ ਜਿਸ ਹਿਸਾਬ ਨਾਲ ਚੱਲਦੀ ਆ, ਉਹ ਲੱਗਦੀ ਪੰਜਾਬ ਦੀ ਆ ਜਿਸ ਹਿਸਾਬ ਨਾਲ। ਸੋ ਕੈਸੋ ਸਾਰਾ ਸਵਾਗਤ ਆਪਕਾ ਮਿੱਤਰ ਯਾਰ ਕੇ ਮੈਂ ਨਮਸਤੇ ਸਭੀ ਕੋ। ਸੋ ਇੱਕ ਇੱਕ ਅੱਜ ਕੱਲ੍ਹ ਇੱਕ ਨਵਾਂ ਕੁਸ਼ਚਨ ਉੱਭਰ ਕੇ ਆ ਰਿਹਾ, ਵਹੀ ਮੈਂ ਲੋਕਾਂ ਆਂਸਰ ਦੇ ਰਹਾ ਹਾਂ। ਉਹ ਕੁਸ਼ਚਨ ਕਿਆ ਹੈ ਕਿ ਇੱਕ IT ਕੰਪਨੀ ਹੈ, ਵੋ ਐਜ਼ ਅ ਫਰੈਸ਼ਰ ਮੰਨ ਲਓ ਚਾਰ ਲੋਕਾਂ ਕੋ ਹਾਇਰ ਕਰਤੀ ਹੈ, ਪਾਂਚ ਲੋਕਾਂ ਕੋ ਹਾਇਰ ਕਰਤੀ ਹੈ। ਮੈਂ ਇੱਕ ਰੈਂਡਮ IT ਕੰਪਨੀ ਕੇ ਬਾਰੇ ਮੈਂ ਬਤਾ ਰਹਾ ਹੂੰ ਕਿ ਫਰਕ ਕਹਾਂ ਆਤਾ ਹੈ। ਪਾਂਚ ਬੰਦੇ ਹੈਂ, ਇੱਕ ਬੰਦਾ ਜਿਸਨੇ BCA ਕੀ ਹੈ ਜਾਂ ਫਿਰ BSc IT ਕੀ ਹੈ, ਵੋ ਏ ਫਸਟ ਕੈਟੇਗਰੀ ਮੈਂ। ਸੈਕਿੰਡ ਬੰਦਾ ਜਿਸਨੇ 4 ਈਅਰਸ BTech ਇੰਜੀਨੀਅਰਿੰਗ ਕੀ ਹੈ, ਔਰ ਪਰ ਵੋ ਆਫ ਕੈਂਪਸ ਹੈ, ਉਸ ਕੰਪਨੀ ਮੈਂ ਘੁਸ ਰਿਹਾ ਹੈ। ਤੀਸਰਾ ਜਿਸਨੇ ਇੰਜੀਨੀਅਰਿੰਗ ਕੀ ਹੈ ਪਰ ਉਸਕੇ ਕਾਲਜ ਮੈਂ ਬਕਾਇਦਾ ਆਈ ਥੀ ਔਰ ਔਨ ਕੈਂਪਸ ਉਸਕੋ ਲੈ ਕੇ ਗਈ ਹੈ। ਚੌਥਾ ਵੋ ਬੰਦਾ NIT ਕਾ ਹੈ ਔਰ ਪਾਂਚਵਾ ਵੋ ਬੰਦਾ IIT ਕਾ ਹੈ। ਦੇਖੋ ਭਾਈ ਸਾਹਿਬ, ਜਿਸ ਹਿਸਾਬ ਮੈਂ ਮੈਨੇ ਬਤਾਇਆ ਉਸੀ ਹਿਸਾਬ ਮੈਂ ਸੈਲਰੀ ਬੜਤੀ ਰਹਤੀ ਹੈ। ਸਭਸੇ ਕਮ ਸੈਲਰੀ ਫਸਟ ਕੈਟੇਗਰੀ ਵਾਲੀ ਕੀ ਹੋਤੀ ਹੈ, ਜਿਨਕੀ ਹੋਤੀ ਹੈ 3 ਈਅਰਸ ਵਾਲਾ ਕੋਰਸ। ਔਰ ਮੈਂ ਸਾਰੀ ਕੰਪਨੀ ਕਾ ਐਵਰੇਜ ਬੋਲ ਰਹਾ ਹੂੰ, ਮੁਝੇ ਸਾਰੀ ਕੰਪਨੀ ਜਿਤਨੀ ਜਿਤਨੀ ਕੰਪਨੀਜ਼ ਕਾ ਪਤਾ ਹੈ ਵੋ ਯੇ ਕਿ 3 ਈਅਰਸ ਵਾਲੇ ਲੋਗੋਂ ਕੋ ਜੋ ਫਸਟ ਈਅਰ ਹੋਤਾ ਹੈ ਉਸਕੀ ਸੈਲਰੀ ਕਮ ਹੋਤੀ ਹੈ, ਐਂਡ ਕੰਪੈਰੇਟਿਵਲੀ ਟੂ ਜੋ ਇੰਜੀਨੀਅਰਿੰਗ ਕਰਕੇ ਆਏ ਹੋਤੇ ਹੈ। ਉਸੀ ਹਿਸਾਬ ਸੇ ਕੁਛ ਕੰਪਨੀਜ਼ ਹੈ ਜੋ ਆਫ ਕੈਂਪਸ ਔਰ ਔਨ ਕੈਂਪਸ ਮੇਂ ਵੀ ਫਰਕ ਕਰਤੀ ਹੈ, ਜੈਸੇ ਕਿ ਆਫ ਕੈਂਪਸ ਵਾਲੋਂ ਕੋ ਥੋੜ੍ਹਾ ਕਮ ਪੈਕੇਜ ਦੇਤੀ ਹੈ ਕੰਪੈਰੇਟਿਵਲੀ ਟੂ ਔਨ ਕੈਂਪਸ ਵਾਲੋਂ ਕੋ। ਇਹ ਹੋ ਗਿਆ ਤਿੰਨ ਕੈਟੇਗਰੀਜ਼ ਮੈਂ ਆਪਕੋ ਸਮਝਾ ਦੀ। ਅਬ ਚੌਥੀ ਔਰ ਪਾਂਚਵੀਂ ਕੈਟੇਗਰੀ ਹੈ ਜੋ NIT ਔਰ IIT ਸੇ ਜਾਤੇ ਹੈ। ਕੰਪਨੀਜ਼ ਕਿਆ ਕਰਤੀ ਹੈ ਕਿ NIT ਵਾਲੋਂ ਕੋ ਅਗਰ ਨਾਰਮਲ ਇਹ ਜੋ BTech ਵਗੈਰਾ ਸੇ BTech ਵਾਲੇ ਥੇ ਐਂਡ ਜੋ BSc BCA ਆਫ ਕੈਂਪਸ ਔਨ ਕੈਂਪਸ ਵਾਲੇ ਥੇ, ਅਗਰ ਇਨਕੋ ਸਾਫਟਵੇਅਰ ਇੰਜੀਨੀਅਰ ਹਾਇਰ ਕਰਤੀ ਹੈ ਤੋ NITs ਵਾਲੋਂ ਕੋ ਜ਼ਿਆਦਾਤਰ ਸੀਨੀਅਰ ਸਾਫਟਵੇਅਰ ਇੰਜੀਨੀਅਰ ਜਾਂ ਫਿਰ ਸੀਨੀਅਰ ਐਨਾਲਿਸਟ ਹਾਇਰ ਕਰਤੀ ਹੈ, ਔਰ ਇਸ ਲਈ ਉਨਕੀ ਸੈਲਰੀ ਵੀ ਅੱਛੀ ਖਾਸੀ ਜ਼ਿਆਦਾ ਹੋਤੀ ਹੈ। ਔਰ ਉਸਕੇ ਬਾਅਦ ਪਾਂਚਵੀਂ ਕੈਟੇਗਰੀ ਹੈ ਵੋ ਹੈ IITians ਕੀ, ਉਨਕੀ ਸੈਲਰੀ ਉਸਸੇ ਵੀ ਉੱਪਰ ਹੋਤੀ ਹੈ, ਉਨਕੀ ਵੀ ਪੋਸਟ ਜਾਂ ਸੀਨੀਅਰ ਐਨਾਲਿਸਟ ਹੋਤੀ ਹੈ ਜਾਂ ਫਿਰ ਐਸੋਸੀਏਟ ਕੰਸਲਟੈਂਟ ਵੀ ਹੋ ਸਕਤੀ ਹੈ, ਪਰ ਚਾਂਸਿਸ ਹੈ ਕਿ ਜ਼ਿਆਦਾਤਰ ਸੀਨੀਅਰ ਐਨਾਲਿਸਟ ਹੀ ਹੋਤੀ ਹੈ ਪਰ ਉਨਕੀ ਸੈਲਰੀ ਜ਼ਿਆਦਾ ਹੋਤੀ ਹੈ। ਅਬ ਲੋਕ ਪੁੱਛੇਂਗੇ ਕਿਉਂ ਧੋਖਾ ਕਿਉਂ, ਅਬ ਮੁਝੇ ਆਫ ਕੈਂਪਸ ਔਨ ਕੈਂਪਸ ਕਾ ਤੋ ਕਨਸੈਪਟ ਨਹੀਂ ਪਤਾ ਕਿ, ਵੈਸੇ ਮੈਂ ਖੁਦ ਲਗਾ ਕੇ ਚਲਤਾ ਹੂੰ ਕਿ ਦੇਖੋ ਜੋ ਇਨਕੀ 3 ਸਾਲ ਕੀ ਡਿਗਰੀ ਹੋਤੀ ਹੈ ਉਨਕੋ ਇਸ ਲਈ ਕਮ ਦਿਆ ਜਾਤਾ ਕਿਉਂਕਿ ਵੋ 3 ਸਾਲ ਪੜ੍ਹ ਕੇ ਆਏ ਔਰ ਜੋਬ ਕਰ ਰਹੇ ਹੈ। ਔਰ ਆਫ ਕੈਂਪਸ ਔਨ ਕੈਂਪਸ ਕਾ ਕਿਆ ਹੈ ਕਿ ਆਫ ਕੈਂਪਸ ਮੈਂ ਮਤਲਬ ਹਮ ਸਾਰੇ ਸੇ ਲੋਕ ਕੰਪਨੀ ਕੇ ਪਾਸ ਜਾ ਰਹੇ ਹੈ ਜਿਸ ਕੰਪਨੀ ਹਮੇ ਕੈਸੇ ਖੁਲਮ ਖੁਲਾ ਜੋਬ ਆਫਰ ਕਰ ਰਹੀ ਹੈ, ਔਰ ਔਨ ਕੈਂਪਸ ਮੈਂ ਕੰਪਨੀ ਆ ਰਹੀ ਹੈ ਤੁਮੇ ਲੈਣੇ। ਫਰਕ ਸਮਝ ਆਇਆ, ਉਸਮੇ ਕੁਛ ਖਾਸ ਜ਼ਿਆਦਾ ਗੈਪ ਨਹੀਂ ਹੋਤਾ। ਅਬ ਆਏ ਥੇ ਹਮ NIT ਵਾਲੋਂ ਪੇ, NIT ਵਾਲੇ NIT ਮੈਂ ਪਹੁੰਚਣੇ ਕੇ ਲਈ ਬਹੁਤ ਮਿਹਨਤ ਕੀ ਹੈ। ਅਭੀ ਮੈਂ ਇੱਕ ਜਨਰਲ ਕੈਟੇਗਰੀ ਵਾਲੋਂ ਕੀ ਬਾਤ ਕਰ ਰਹਾ ਹੂੰ, ਮੈਂ ਕਿਸੀ ਵੀ ਮੈਂ ਕਾਸਟ ਸਿਸਟਮ ਕੇ ਵਿਰੁੱਧ ਤੋ ਹੂੰ ਪਰ ਉਸਕੇ ਬਾਰੇ ਮੈਂ ਅਭੀ ਬਾਤ ਨਹੀਂ ਕਰੇਂਗੇ। ਤੋ NIT ਵਾਲੋਂ ਨੇ ਕੁਛ ਮਿਹਨਤ ਕਰਕੇ ਆਗੇ ਪਹੁੰਚਿਆ, ਔਰ IIT ਵਾਲੋਂ ਕੋ ਤੋ ਪਤਾ ਸੀ ਜਿਨਕੇ ਕਰੋੜ ਕੇ ਬਗੇਜ ਰੱਖਤੇ ਉਨਕੋ ਅੱਛਾ ਬਗੇਜ ਤੋ ਮਿਲਣਾ ਹੀ ਚਾਹੀਏ ਅੱਛੀ ਕੰਪਨੀਜ਼ ਮੈਂ, ਤੋ ਮਿਲ ਰਿਹਾ ਹੈ ਜੀ। ਇਹ ਕਨਸੈਪਟ ਹੈ ਜੋ ਜ਼ਿਆਦਾਤਰ IT ਕੰਪਨੀਜ਼ ਯੂਜ਼ ਕਰਤੀ ਹੈ। ਤੋ ਅਗਰ ਆਪਕੋ ਇਹ ਬਾਤ ਸਮਝ ਆਈ, ਵੀਡੀਓ ਕੋ ਲਾਈਕ ਕਰੇਂ, ਸ਼ੇਅਰ ਕਰੇਂ, ਕਮੈਂਟ ਕਰੇਂ, ਸਬਸਕ੍ਰਾਈਬ ਕਰੇਂ, ਬੈਲ ਆਈਕਨ ਕੋ ਹਿੱਟ ਕਰ ਦੇ। ਨਮਸਤੇ।